ਇੰਨਾ ਸਸਤਾ ਯਾਰ, ਇੰਨਾ ਤਾਂ ਸਾਡੇ ਠੇਕਾ ਹੀ ਆ ਬਈ ਯਾਰ। ਤੇ ਜੇ ਤਾਂ ਵਾਲਾ ਟਿੱਬਾ ਜਿਹਾ ਲੈਣਾ ਹੋਵੇ ਬਿਨਾ ਉਹ 50-60 ਹਜ਼ਾਰ ਨੂੰ ਵਿਕ। ਠੇਕਾ ਨਹੀਂ ਦੱਸੀ ਜਾਂਦਾ ਕਿ ਉਹ ਦੱਸੀ ਜਾਂਦਾ ਬੈ ਬੈ ਲੈ ਬਈ 60 ਹਜ਼ਾਰ ਨੂੰ ਬਿੱਗਾ। ਨਹਿਰ ਦੀ ਮੋਟਰਾਂ ਦਾ ਪਾਣੀ ਲੱਗਦਾ, ਉਹ ਤਾਂ 3-4 ਲੱਖ ਨੂੰ ਵਧੀਆ ਵਾਹਣ ਮਿਲ ਜਾਂਦਾ। ਜਿਵੇਂ ਇਹ ਜਿਹਾ ਵਾਹਣ ਲੈਣਾ ਹੋਵੇ ਪੱਧਰਾ, ਹਾਂ 3-4 ਲੱਖ ਨੂੰ ਬਿੱਗਾ। ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਅੱਜ ਨਾ ਆਪਾਂ ਕਾਫੀ ਭਰਾਵਾਂ ਦੇ ਕਮੈਂਟ ਆਏ ਸੀ ਵੀਡੀਓ 'ਤੇ, ਬਈ ਨਾ ਜਿਹੜੀ ਜ਼ਮੀਨ 'ਚ ਤੁਸੀਂ ਖੜ੍ਹੇ ਆ, ਹੈ ਨਾ ਬਈ ਕੀ ਠੇਕਾ ਹੈ, ਕੀ ਬੈ ਦਾ ਰੇਟ ਹੈ, ਕੀ ਗਹਿਣੇ ਆ, ਪਾਣੀ ਕਿਵੇਂ ਲੱਗਦਾ, ਕਿੰਨੇ ਫੁੱਟ ਡੂੰਘਾ ਪਾਣੀ ਹੈ, ਪਾਣੀ ਕਿਹੋ ਜਿਹਾ, ਨਹਿਰੀ ਪਾਣੀ ਹੈਗਾ ਕਿ ਦੂਜਾ ਵੀ ਹੈਗਾ, ਸਾਰੀ ਆਪਾਂ ਬਾਈ ਗੱਲਬਾਤ ਕਰਾਂਗੇ। ਆਪਣੇ ਭੂਆ ਦੇ ਮੁੰਡੇ ਖੜ੍ਹੇ ਆ ਬੱਗਾ ਅਤੇ ਕਾਲਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਾਈ ਬੱਗੇ, ਜਿਹੜੀ ਆਪਾਂ ਜ਼ਮੀਨ 'ਚ ਖੜ੍ਹੇ ਹਾਂ, ਠੀਕ ਹੈ, ਸੂਰਤਗੜ੍ਹ ਦੇ ਪਿੰਡ ਹੈ ਇਹ, ਅਤੇ ਜ਼ਮੀਨ ਕਿਵੇਂ ਹੈ, ਕਿਹੜੀ ਜ਼ਮੀਨ ਹੈ ਇੱਥੇ? ਜ਼ਮੀਨ ਤਾਂ ਸਾਡੇ ਸਾਹਮਣੇ ਹੀ ਹੈ, ਇਹ ਮਿੱਟੀ ਹੈ ਇੱਕ ਹਿਸਾਬ ਦੀ, ਇੰਨਾ ਉਹ ਰੇਤਾ ਨਹੀਂ ਗਾ, ਜੰਮਣ ਵਾਲਾ ਵਾਹਣ ਹੈ। ਠੀਕ ਹੈ, ਵਧੀਆ ਜੰਮ ਜਾਂਦਾ, ਡਲੇ ਉੱਠਦੇ, ਜਿਹੜਾ ਉਹ ਤਾਂ ਟਿੱਬਾ ਪਿਆ ਉਹ ਹੋਰ ਉੱਡਣ ਵਾਲਾ, ਉੱਤੇ ਰੇਤਾ ਹੈਗਾ, ਉਹਨੂੰ ਪਾਸੇ ਕਰਦੇ ਥੱਲਿਓਂ ਵਧੀਆ ਵਾਹਣ ਨਿਕਲ ਆਉਂਦਾ, ਆਹ ਨਿਕਲ ਆਉਂਦਾ। ਹਾਂ ਆਹ ਵਾਹਣ ਤੁਸੀਂ ਵੀ ਉੱਡਾ ਹੀ ਟਿੱਬਾ ਚੱਕਿਆ? ਹਾਂ ਉੱਡਾ ਹੀ ਚੱਕਿਆ ਆਪਾਂ। ਅਤੇ ਇੱਕ ਇਹ ਵਾਹਣ, ਇੱਕ ਜਿਹੜਾ ਆਪਣਾ ਉੱਧਰ ਉਹ ਵੀ ਨਰਮਾ ਖੜਾ ਹੈ ਨਾ, ਡੂੰਘੇ ਵਾਹਣ ਹੈ ਉਹ ਵਾਹਣ, ਉਹ ਤਾਂ ਭਾਰਾ ਪੂਰਾ। ਹਾਂ ਆਹ ਤੇ ਉਹ ਇੱਕ ਹੀ ਚੀਜ਼ ਰਾਏ ਵੀਰ, ਉਹ ਪਹਿਲਾਂ ਦਾ ਵਹਿਕ ਹੈ, ਉਹ ਪੁਰਾਣਾ ਹੋ ਗਿਆ ਨਵਾਂ, ਠੀਕ ਹੈ, ਉਹੀ ਚੀਜ਼ ਇਹ 'ਚ ਪੈਦਾ ਹੋਈ ਜਾਂਦੀ। ਚਲੋ ਆਪਾਂ ਤੁਰ ਕੇ ਗੱਲਬਾਤ ਕਰਦੇ ਹਾਂ। ਅਤੇ ਬੱਗੇ ਬਈ, ਇਹ 'ਚ ਦੂਜਾ ਥੱਲੇ ਪਾਣੀ ਦਾ ਕੀ ਸਿਸਟਮ ਆ ਤੁਹਾਡੇ? ਥੱਲੇ ਆਪਣੇ ਕੈਵਿਟੀ ਦਾ ਪਾਣੀ ਹੈ 10 ਫੁੱਟ 'ਤੇ, 10 ਫੁੱਟ ਤਾਂ ਖੂਹ ਪੱਟਣਾ ਪੈਂਦਾ। ਇਹ ਕੀ ਚੱਕਰ ਆ ਬਈ, ਰਾਜਸਥਾਨ 'ਚ ਨਾਲੇ ਤਾਂ ਏਡੇ ਏਡੇ ਟਿੱਬੇ ਹੈ ਅਤੇ ਨਾਲੇ ਪਾਣੀ ਤੁਸੀਂ ਕਹਿੰਦੇ 10 ਫੁੱਟ, ਤਾਂ ਇੰਨਾ ਤਾਂ ਸਾਡੇ ਪੰਜਾਬ 'ਚ ਵੀ ਪਾਣੀ ਹੈ ਨਹੀਂ ਗਾ ਉੱਚਾ। ਪੰਜਾਬ 'ਚ ਤਾਂ ਹੈ ਨਹੀਂ ਗਾ, ਇੱਥੇ ਹੈਗਾ। ਸੇਮ ਸੂਮ ਆ ਇੱਥੇ? ਸੇਮ ਆ ਗਈ ਸੀ, ਠੀਕ ਹੈ। ਹਾਂ ਪਹਿਲਾਂ ਤਾਂ ਉਹਨੇ ਖਰਾਬ ਵੀ ਕਰਿਆ ਹੋਣਾ ਸੇਮ ਨੇ, ਨੀਵੇਂ ਥਾਵਾਂ 'ਚ ਕਰਿਆ ਥੋੜਾ ਘਣਾ, ਠੀਕ ਹੈ, ਬਾਕੀ ਆਪਣੇ ਖੇਤ ਨਹੀਂ ਕਰਿਆ, ਆਪਣੇ ਖੇਤ 10 ਤੇ ਹੀ ਖੜਾ, ਠੀਕ ਹੈ। 60 ਤੇ ਪਾਣੀ ਪੀਣ 'ਚ ਕਿਵੇਂ ਆ ਥੱਲੇ ਵਾਲਾ? ਜਮਾਂ ਮਿੱਠਾ, ਨਹਿਰ ਵਰਗਾ ਹੀ, ਨਹਿਰ ਵਰਗਾ ਪਾਣੀ। ਇਹ ਤਾਂ ਫਿਰ ਬਈ ਰਾਜਸਥਾਨ 'ਚ ਪਾਣੀ ਦੀ ਘਾਟ ਹੁੰਦੀ ਆ, ਹਨਾ, ਤੇ ਇਹ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਗਈ, ਤੁਹਾਡੇ ਕੋਲ ਪਾਣੀ ਚੰਗਾ ਥੱਲੇ 40 ਫੁੱਟ ਤੇ ਕੈਵਿਟੀ ਦਾ। ਹਾਂ ਐਵੇਂ ਵੀ ਨਹੀਂ ਗਾ ਵੀ ਫਿਲਟਰ ਫੁਲਟਰ ਪਾਉਣੇ ਆ, ਬਸ 40 ਫੁੱਟ ਪੈਪ। ਬੋਰ ਕਿੰਨਾ ਕਰ, ਖੂਹ ਕਿੰਨਾ ਡੂੰਘਾ ਪੱਟਣਾ ਪੈਂਦਾ? 10 ਫੁੱਟ ਖੂਹ ਪੱਟੋ, ਹਾਂ, ਫਿਰ 2 ਪਾਈਪਾਂ ਲਓ। ਤੇ ਬਈ ਬੱਗੇ, ਨਹਿਰੀ ਪਾਣੀ ਵੀ ਆਉਂਦਾ ਤੁਹਾਡੇ ਫਿਰ ਇੱਥੇ? ਹਾਂ ਨਹਿਰੀ ਵੀ ਆਉਂਦਾ। ਤੇ ਬਈ ਆਪਾਂ ਜਿਹੜੀ ਮੇਨ ਆਪਣੇ ਦਰਸ਼ਕਾਂ ਦੀ ਡਿਮਾਂਡ ਹੈਗੀ ਹੈ, ਆਪਣਾ ਵਾਹਣ ਦੇ ਰੇਟ ਕੀ ਹੈ ਇੱਥੇ, ਬੈ ਲੈਣਾ ਹੋਵੇ ਕਿਸੇ ਨੇ ਤੇ ਕੀ ਰੇਟ ਰੂਟ ਆ ਇੱਥੇ? ਬਾਈ ਜਿਹਦੇ ਵਾਰੀ ਹੈ ਨਹੀਂ ਗੇ ਨਾ, ਨਹਿਰ ਦੀ ਮੋਟਰਾਂ ਦਾ ਪਾਣੀ ਲੱਗਦਾ, ਹਾਂ, ਉਹ ਤਾਂ 3-4 ਲੱਖ ਨੂੰ ਵਧੀਆ ਵਾਹਣ ਮਿਲ ਜਾਂਦਾ। ਜਿਵੇਂ ਇਹ ਜਿਹਾ ਵਾਹਣ ਲੈਣਾ ਹੋਵੇ ਪੱਧਰਾ, ਹਾਂ 3-4 ਲੱਖ ਨੂੰ ਵਿੱਗਾ, ਗਹਿਣੇ ਕਿ ਬੈ? ਬੈ ਬੈ ਵਿੱਗਾ ਹੁੰਦਾ 5 ਕਨਾਲਾਂ ਦਾ, ਹੈ ਨਾ? ਹਾਂਜੀ ਯਾਰ, ਇੰਨਾ ਸਸਤਾ ਯਾਰ, ਇੰਨਾ ਤਾਂ ਸਾਡੇ ਠੇਕਾ ਹੀ ਆ ਬਈ ਯਾਰ। ਤੇ ਜੇ ਤਾਂ ਵਾਲਾ ਟਿੱਬਾ ਜਿਹਾ ਲੈਣਾ ਹੋਵੇ ਬਿਨਾ ਉਹ 50-60 ਹਜ਼ਾਰ ਨੂੰ ਵਿੱਗਾ। ਠੇਕਾ ਨਹੀਂ ਦੱਸੀ ਜਾਂਦਾ ਕਿ ਉਹ ਦੱਸੀ ਜਾਂਦਾ ਬੈ ਬੈ ਲੈ ਬਈ 60 ਹਜ਼ਾਰ ਨੂੰ ਵਿੱਗਾ ਬੈ ਆ ਇੱਥੇ ਰਾਜਸਥਾਨ 'ਚ, ਅਤੇ ਸੂਰਤਗੜ੍ਹ ਦੇ ਨੇੜੇ ਆ, ਕੋਈ ਜ਼ਿਆਦਾ ਜੰਗਲ 'ਚ ਵੀ ਹੈ ਨਹੀਂ ਗਾ। ਨਹੀਂ ਨਹੀਂ, ਆਹ ਕਿਵੇਂ ਫੁਹਾਰਾ ਸਿਸਟਮ ਆ? ਇਹ ਫੁਹਾਰੇ ਲਾਏ ਆ, ਸਿਰੇ ਹੀ ਲਾਇਆ ਪਿਆ ਕੰਮ ਹੈ। ਅੱਛਾ ਜੀ, ਐਂ ਖੇਤੀ ਕਰਨੀ ਪੈਂਦੀ ਇੱਥੇ? ਹਾਂ ਐਂ ਕਰ ਲੈ, ਵਧੀਆ ਫਸਲ ਵਧੀਆ ਰਹਿੰਦੀ ਹੈ ਮੀਂਹ ਇਹਨੂੰ। ਅਤੇ ਅੱਛਾ ਮੀਂਹ ਪੈ ਗਿਆ, ਇੱਕ ਹਿਸਾਬ ਦਾ ਮੀਂਹ ਪੈ ਗਿਆ, ਵਾਹਣ ਪੋਲਾ ਰਹਿੰਦਾ, ਫਸਲ ਵਧੀਆ ਵੱਧਦੀ ਹੈ। ਜਿਵੇਂ ਤਾਂ ਗਵਾਰੀ ਖੜੀ ਹੈ ਤੁਹਾਡੀ? ਹਾਂ ਤਾਂ ਗਵਾਰੀ ਖੜੀ ਹੈ। ਤੇ ਠੇਕਾ ਕੀ ਰੇਟ ਆ ਬਈ, ਜੇ ਵਾਹਣ ਚੰਗਾ ਲੈਣਾ ਹੋਵੇ ਨਰਮੇ ਵਾਲਾ ਜਿਵੇਂ ਤੁਹਾਡੇ ਵਾਲਾ ਥੱਲੇ ਵਾਲਾ ਵਾਹਣ? 20 ਹਜ਼ਾਰ। ਅਤੇ ਆਹ? ਆਹ ਤਾਂ 5-7 ਹਜ਼ਾਰ ਨੂੰ ਵਿਘਾ ਮਿਲ ਜਾਂਦਾ, 10 ਹਜ਼ਾਰ ਨੂੰ। ਠੀਕ ਹੈ, ਉਹਨੂੰ ਤਾਂ ਕੋਈ ਲੈਂਦੇ ਨਹੀਂ ਤਾਂ ਵਾਲੇ ਨੂੰ ਤਾਂ ਨਾ। ਠੀਕ ਹੈ, ਲੈ ਬਈ ਇੱਥੇ ਆਹ ਸਿਸਟਮ ਹੈ। ਅਤੇ ਬਈ ਮੋਟਰਾਂ ਦੇ ਕਨੈਕਸ਼ਨ ਕਿਵੇਂ ਆ ਇੱਥੇ? ਕਨੈਕਸ਼ਨ ਬਈ ਜੇ ਤਾਂ ਆਪਾਂ ਹੱਥੋਂ ਹੱਥ ਲਵਾਉਣੀ ਹੈ ਨਾ, ਫਿਰ ਆਪਾਂ ਨੂੰ 1.5 ਲੱਖ ਰੁਪਈਆ ਭਰਨਾ ਪੈਂਦਾ। ਅੱਛਾ, ਮੋਟਰ ਲੱਗ ਜਾਂਦੀ 1.5-2 ਲੱਖ? ਕੋਈ ਰੋਕ ਹੈ ਨਹੀਂ? ਤੇ ਆ ਜਿਹੜੀ ਸੋਲਰ ਵਾਲੀ ਦਵਾਈ ਹੈ, ਇਹ ਆਪਣੀ ਸੋਲਰ ਵਾਲੀ ਜਿਹੜੀ, ਇਹ ਤੇ ਸਬਸਿਡੀ ਆਈ ਹੈ? ਸਬਸਿਡੀ ਨਹੀਂ, ਆਪਾਂ ਤਾਂ ਨਗਦ ਹੀ ਲਿਆਂਦੀ ਸੀ। ਠੀਕ ਹੈ, ਇਹ 2 ਲੱਖ ਦੀ 5 ਵਾਲੀ ਲੱਗੀ ਸੀ, 5 HP ਦੀ। ਠੀਕ ਹੈ, ਤਾਂ ਕਿ ਬਈ ਵਾਹਣ ਖੁੱਲੇ ਆ ਇੱਥੇ, ਹੈ ਨਾ? ਹਾਂ ਇਹ ਕਿਆਰਾਂ ਨਾਲ ਵਧੀਆ ਪਾਣੀ ਲੱਗਦਾ ਬਈ। ਹੁਣ ਵੀ ਵੱਟ ਵੁੱਟ ਕੋਈ ਨਹੀਂ ਪਾਈ, 2-3 ਕਿੱਲਿਆਂ ਦੇ ਉਹਨੇ ਪਾਈ ਨਹੀਂ ਅਸੀਂ, ਬਾਕੀ ਕਿਆਰੇ ਪਾ ਲੈ ਨਾ ਪਾਣੀ, 2 ਮੋਟਰਾਂ ਦਾ ਰਲਾ ਕੇ ਵਧੀਆ ਲਾਉਂਦੀਆਂ ਕਿਆਰਿਆਂ ਨਾਲ, ਨਰਮਾ ਵਧੀਆ ਹੁੰਦਾ ਰਿਹਾ। ਐਤਕੀ ਤਾਂ ਨਹਿਰ ਬਣਦੀ ਸੀ ਨਾ, ਤਾਂ ਕਰਕੇ ਵਾਹਣ ਹੋਏ ਲੇਟ ਹੋ ਗਿਆ ਬੀਜਿਆ ਹੁਣ। ਅੱਛਾ, ਨਹਿਰ ਦਾ ਪਾਣੀ ਵਧੀਆ ਲੱਗਦਾ ਤੁਹਾਡੇ ਨਾ? ਹਾਂ, ਤੇ ਵਾਹਣ ਬਾਈ ਪੂਰੇ ਭਰਿਆ, ਥੱਲੇ ਵਾਲਾ ਵਾਹਣ ਵੀ ਦਿਖਾਉਣੇ ਆ ਤੁਹਾਨੂੰ। ਇਹ ਹੈਗਾ ਬਰਾਨੀ ਵਾਹਣ ਜਿਹੜੇ ਤਾਂ ਵਾਲੇ ਆ, ਇਹ ਹੈਗਾ 3-3.5 ਲੱਖ ਨੂੰ ਕਿੱਲਾ ਬੈ ਮਿਲ ਜਾਂਦਾ, ਵਿੱਘਾ ਮੰਨ ਲਓ ਰੱਖ ਲਓ,
ਆਪਣੇ 5 ਕਨਾਲਾਂ ਮਿਲ ਜਾਂਦੀਆਂ 3 ਲੱਖ ਦੀਆਂ। ਜਦੋਂ ਫਸਲ ਹੋਈ ਨਾ ਬਾਈ ਉਦੋਂ ਵੀਡੀਓ ਬਣਾਇਓ ਤੁਸੀਂ, ਚੰਗਾ ਹੁਣ ਫਸਲ ਹਰੇਕ ਹੋ ਜਾਂਦੀ ਹੈ ਵਧੀਆ। ਹਾਂ ਵਧੀਆ ਹੁੰਦੀ, ਸਰੋਂ ਕਣਕ ਬਹੁਤ ਭਾਰੀ ਹੁੰਦੀ। ਤੇ ਇੱਕ ਬਾਈ ਉਹ ਜਿਹੜਾ ਤਾਂ ਆਪਾਂ ਦੇਖਿਆ ਸੀਗਾ ਤੇ ਝੋਨਾ ਵੀ ਲਾਈ ਜਾਂਦੇ ਆ, ਇਹ ਕੀ ਚੱਕਰ ਆ ਝੋਨੇ ਵਾਲਾ? ਝੋਨੇ ਵਾਲਾ ਉਹ ਮਿੱਟੀ ਪਾ ਕੇ ਨਾਲੀ ਦੀ ਮਿੱਟੀ ਪਾਈ ਹੈ ਉਹਨਾਂ ਨੇ। ਅੱਛਾ, ਝੋਨਾ ਵੀ ਲਾਈ ਜਾਂਦੇ ਨਾਲ, ਜਿਹੜਾ ਨਾਲੀ ਦੀ ਮਿੱਟੀ ਲਿਆ ਕੇ ਭਰਤ ਪਾ ਲੈਂਦੇ ਅੱਧਾ ਦਾ ਫੁੱਟ। ਹਾਂ ਆਪਾਂ ਵੀ ਲਾ ਸਕਦੇ ਹਾਂ ਝੋਨਾ ਜੇ ਆਪਾਂ ਲਾਉਣਾ ਹੋਵੇ। ਝੋਨਾ ਲਾ ਸਕਦੇ, ਲਾਈਟ ਫੁੱਲ ਰਹਿੰਦੀ ਹੈ, ਲਾਈਟ ਫੁੱਲ ਪਾਣੀ ਫੁੱਲ ਹੈ। ਤੇ ਉਹ ਜਿਹੜਾ ਨਰਮਾ ਖੜਾ ਉਹ ਚ ਪਾਈਏ ਮਿੱਟੀ ਕਿ ਨਹੀਂ ਬਾਈ? ਨਹੀਂ ਪਾਈ। ਇੱਕ ਬਾਈ ਹੋਰ ਆ ਇੱਥੇ ਥੱਲਿਓਂ ਯਾਰ, ਜੈਪਸਮ ਵੀ ਨਿਕਲਦੀ ਹੈ ਕਹਿੰਦੇ, ਨਿਕਲਦੀ ਹੈ ਤੇ ਉਹ ਕਿੱਲੇ ਦੀ ਕਿੰਨੀ ਕੀ ਲੈ ਜਾਂਦੇ ਚੱਕ, ਕਿੰਨਾ ਡੂੰਘਾ ਪੜਦੇ ਆ ਉਹ? ਉਹ ਜਿਵੇਂ ਡੂੰਘਾ ਵਾਹਣਾ ਨਾ, ਉੱਥੇ 4 ਫੁੱਟ ਮਿੱਟੀ ਹੈ, 4 ਫੁੱਟ ਮਿੱਟੀ ਪਾਸੇ ਕਰਕੇ ਤੇ ਜੈਪਸਮ ਕੱਢ ਲੈਂਦੇ ਮਸ਼ੀਨ ਨਾਲ। ਕਿੰਨੇ ਫੁੱਟ ਚੱਕਦੇ ਉਹ? ਉਹ 5 ਫੁੱਟ ਦੀ 6 ਫੁੱਟ ਦੀ ਹਾਈਟ ਆ ਉਹਦੀ, 6 ਫੁੱਟ ਦੀ ਪਰਤ ਹੈ ਜਿਹੜੀ ਆਪਣੇ ਪੀ ਓ ਪੀ ਕਰਦੇ ਛੱਤਾਂ ਦੇ, ਪੀ ਓ ਪੀ ਬਣਦੀ ਆ ਉਹ ਇੱਥੋਂ ਲੈ ਜਾਂਦੇ ਕੱਢ ਕੇ ਫਿਰ ਗੱਟਿਆਂ ਦੇ ਹਿਸਾਬ ਨਾਲ ਵੇਚਦੇ ਆ। ਇੱਥੇ ਇੱਥੇ ਜਾ ਕੇ ਫੈਕਟਰੀ 'ਚ ਹੁਣ ਬਰੀਕ ਗਰਮ ਕਰਕੇ ਪੀਸ ਕੇ ਫਿਰ ਥੈਲੀਆਂ ਭਰਦੇ ਛੋਟੀਆਂ, 10 ਕਿਲੋ 20 ਕਿਲੋ ਵਾਲੀਆਂ, ਫਿਰ ਟਰੱਕ 'ਚ ਪੰਜਾਬ 'ਚ ਜਾਂਦੀ ਆ। ਅਤੇ ਉਹ ਕਿੱਲੇ ਦਾ ਕਿੰਨਾ ਕੁ ਰੇਟ ਦੇ ਦਿੰਦੇ ਕਿਸਾਨ ਨੂੰ? 10 ਲੱਖ ਰੁਪਇਆ ਦੇ ਦਿੰਦੇ ਹੁਣ, 10 ਲੱਖ ਰੁਪਇਆ ਇਸ ਟਾਈਮ। ਠੀਕ ਹੈ, ਜਿਪਸਮ ਕਢਾਉਣੀ ਹੈ ਜਿਹਨੇ। ਅਤੇ ਫਿਰ ਜੇ ਕਿਸੇ ਨੇ ਵਾਹਣ ਲੈਣਾ ਪਹਿਲਾਂ ਇਹ ਵਾਹਣ ਵਾਲਾ ਚੈੱਕ ਕਰਕੇ ਦਿੰਦਾ ਅਗਲਾ ਕੱਢ ਕੇ ਦਿੰਦਾ? ਹਾਂ ਵਾਹਣ ਮਹਿੰਗਾ ਮਿਲੂਗਾ, ਕੋਈ ਭੁਲੇਖੇ ਨਾਲ ਹੀ ਕੋਈ ਆ ਜੇ ਤਾਂ ਕੀ ਆਖਣਾ। ਜੇ ਜਿਪਸਮ ਹੋਈ ਤਾਂ ਉਹ ਵਾਹਣ ਤਾਂ ਮਹਿੰਗਾ ਵਿਕੂਗਾ, ਉਹ 10 ਲੱਖ ਅਗਲਾ ਐਕਸਟਰਾ ਲਊਗਾ, ਐਕਸਟਰਾ ਲਊਗਾ। ਠੀਕ ਹੈ, ਲੈ ਬਾਈ ਬਹੁਤ ਇੱਥੇ ਨਾ ਮੰਨ ਲਓ ਖਜ਼ਾਨਾ ਹੀ ਆ ਸਾਰਾ ਕੰਮ, ਹੈ ਨਾ? ਹਾਂ ਉਵੇਂ ਤਾਂ ਇੱਕ ਹਿਸਾਬ ਦਾ ਸੋਹਣਾ ਹੀ ਉਹ ਤਾਂ। ਇੱਥੇ ਬਾਈ ਅੱਗੇ ਪੰਜਾਬ ਨੂੰ ਮਿਹਨਤ ਵੀ ਵੱਧ ਕਰਨੀ ਪੈਂਦੀ ਸੀ, ਜਿਵੇਂ ਹੁਣ ਫੁਹਾਰਾ ਸਿਸਟਮ ਉਹ ਬੰਦਾ ਵਿਚਾਰਾ ਲੱਗਿਆ ਪਿਆ, ਹੈ ਨਾ, ਪਾਈਪਾਂ ਲਾਉਣੀਆਂ ਕਰਨੀਆਂ। ਹਾਂ ਮਿਹਨਤ ਥੋੜ੍ਹੀ ਜ਼ਿਆਦਾ ਹੈ ਅਤੇ ਖਰਚਾ ਘੱਟ ਹੈ, ਆਮਦਨ ਨਾਲ ਜਿਹੜੀ ਫਾਇਦਾ ਵੀ ਹੈਗਾ ਪੰਜਾਬ ਨਾਲ ਉਵੇਂ ਫਾਇਦਾ ਹੈ। ਪੰਜਾਬ 'ਚ ਆਪਣੇ ਖਰਚਾ ਬੜਾ ਹੋਈ ਜਾਂਦਾ, ਇੱਥੇ ਕੰਮ ਬੜਾ ਕਰਦੇ ਤਾਂ ਕਿ ਪਤਲੇ ਪਤਲੇ ਪਏ ਆ ਤੁਸੀਂ ਸਾਰੇ। ਹਾਂ ਢਿੱਡ ਹੈ ਨਹੀਂ ਕਿਸੇ ਦਾ ਤੁਹਾਡੇ ਨਾ? ਢਿੱਡ ਢੁੱਡ ਤਾਂ ਹੈ ਨਹੀਂ। ਠੀਕ ਹੈ, ਤੈਨੂੰ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਨਾ ਇਹਦੇ ਨੂੰ, 14-15 ਸਾਲ। ਤੇ ਬਾਗੜੀ ਬੂਗੜੀ ਆਉਂਦੀ ਹੈ? ਮੈਨੂੰ ਬਾਗੜੀ ਫੁੱਲ ਆਉਂਦੀ ਮਾੜੀ, ਕਿਉਂ ਕਈ ਉਹਨੂੰ ਕਹਿ ਪੱਠੇ ਵੱਢ ਕੇ ਲੈ ਮਾਰੀ ਉਹਨੂੰ ਬਾਗੜੀ 'ਚ ਦਬਕਾ ਮਾਰਨ। ਪ੍ਰਿਤ ਰਿਓ ਵੱਢ ਲਈ, ਚੰਗਾ ਰਿਓ ਵੱਢ ਗਏ ਟਰੈਕਟਰ ਪਰ ਰੇੜ ਗਏ ਨੀ ਗਰੇਲੇ ਜੀ ਟਾਈਮ, ਡਾਈ ਵਾਲੀ ਚਾਹ ਲਈ ਆਈ ਅਤੇ ਚਾਹ ਪੀ ਗਏ, ਫਿਰ ਫੁਹਾਰਾ ਬਦਲਾਂਗਾ ਆਪਾਂ, ਫੁਹਾਰਾ ਬਦਲ ਗਏ ਫਿਰ ਤਾਰ ਬੰਦੀ ਕਰਾਂਗਾ, ਤਾਰ ਬੰਨਾਂਗਾ ਸਾਰੀ। ਚੱਲ ਠੀਕ ਹੈ ਬਾਈ, ਬੱਗੇ ਬਾਗੜੀ ਬੋਲਣ ਲੱਗ ਗਏ ਬਾਈ, ਬਾਗੜੀ ਬੋਲਣ ਲੱਗ ਗਏ, ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਬਾਗੜੀ ਹੈ ਕਿ ਜਗਾੜ ਕੀ ਹੈ। ਠੀਕ ਹੈ, ਬਾਲਾ ਚਿਰ ਹੋ ਗਿਆ ਨਿੱਕੇ ਹੁੰਦੇ ਨੇ, ਹਨਾ? ਹਾਂ ਬਾਲਾ ਚਿਰ ਹੋ ਗਿਆ, ਬਾਗੜੀ ਬੰਦਾ ਮੌਕੇ ਦੀ ਭਾਸ਼ਾ ਸੁੱਖ ਸਿੱਖ ਜਾਂਦਾ। ਹਾਂ ਮੈਨੂੰ ਤੇ ਉਹ ਬਾਈ ਹੈਗੇ ਜਿਹੜੇ ਉੱਚੇ ਉੱਚੇ ਟਿੱਬੇ ਹੈਗੇ ਆ, 50-60 ਹਜ਼ਾਰ ਨੂੰ ਕਿੱਲਾ ਬੀਗਾ ਮਿਲ ਜਾਂਦਾ ਬੈ ਦਾ, ਤੇ ਆਹ ਜਿਹੜਾ ਹੈਗਾ 2.5-3 ਲੱਖ ਨੂੰ ਕਿੱਲਾ, ਤੇ ਉਹ ਜਿਹੜਾ ਹੈਗਾ ਨਰਮੇ ਵਾਲਾ ਡੂੰਘਾ ਹੈਗਾ ਜਿਹੜੇ ਵਾਹਣ ਚੱਕੇ ਵੇ ਆ ਪੱਧਰੇ ਕਰੇ ਆ ਪੱਕੇ ਵਾਹਣ ਆ ਜਿਹੜੇ ਉਹ ਹੈਗਾ 7-8 ਲੱਖ ਨੂੰ ਬੀਗਾ, ਹੈ ਨਾ? ਠੀਕ ਆ ਬਾਈ, ਧੰਨਵਾਦ ਬਾਈ ਬੱਗੇ। ਚੰਗਾ ਜੀ, ਧੰਨਵਾਦ।